ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜੇਕਰ ਤੁਸੀਂ ਹੋ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ, ਜਿਵੇਂ ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਕੀਤਾ ਕਿਰਾਇਆ, ਪੀਆਰ ਦੀ ਸਮੱਸਿਆ, ਸੋਤਨ ਦੁਸ਼ਮਣ ਤੋਂ ਛੁਟਕਾਰੇ ਦਾ ਪੱਕਾ ਹੱਲ ਸਮਰਾਟ ਮਾਤਾ ਮੁਮਤਾਜ ਜੀ ਕੋਲੋਂ ਗਰੰਟੀ ਨਾਲ ਕਰਵਾਓ, ਪਿਆਰ ਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾਵਾਂ ਇੱਕ ਵਾਰ ਜ਼ਰੂਰ ਫੋਨ ਕਰਨ 7390-90786। ਲਾਲ ਸੂਹਾ ਜੋੜਾ ਅਤੇ ਹੱਥਾਂ 'ਚ ਚੂੜਾ ਪਾ ਧਾਹਾ ਮਾਰ ਮਾਰ ਰੋ ਰਹੀ ਇਹ ਬਦਕਿਸਮਤ ਲੜਕੀ ਦਾ ਵਿਆਹ 25 ਦਿਨ ਪਹਿਲਾਂ ਹੀ ਹੋਇਆ ਸੀ ਅਤੇ ਕਿਸੇ ਨੇ ਇਸ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਦਰਅਸਲ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਵਣੀਏਕੇ ਦੇ ਨੌਜਵਾਨ ਅਜੇਪਾਲ ਸਿੰਘ ਦਾ ਬਹਿੜਵਾਲ ਪੱਧਰੀ ਦੇ ਵਿਚਕਾਰ ਪੁਲੀ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਜਦਕਿ ਉਸਦਾ ਦੋਸਤ ਜ਼ਖਮੀ ਹੋ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਅਜੇਪਾਲ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਅਤੇ 25 ਦਿਨ ਪਹਿਲਾਂ ਉਸਦਾ ਵਿਆਹ ਹੋਇਆ ਸੀ। ਉਹਨਾਂ ਦੱਸਿਆ ਹੈ ਕਿ ਆਰੋਪੀ ਮੋਟਰਸਾਈਕਲ ਤੇ ਅਜਮੇਰ ਦੇ ਗਲ 'ਚ ਪਾਈ ਸੋਨੇ ਦੀ ਚੈਨ ਵੀ ਲੈ ਗਏ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਆਰੋਪੀਆਂ ਨੂੰ ਫੜ ਕੇ ਉਹਨਾਂ ਤੇ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਮਾਮਲਾ ਇਹ ਕਿ ਘਰੇ ਆਇਆ ਇਹਦਾ ਦੋਸਤ ਜੋਗਾ ਸਿੰਘ, ਉਹਨਾਂ ਸ਼ਾਦਿਸ਼ ਨਾਲ ਖੜਿਆ ਤੇ ਰਣੀਕੇ ਦਾ ਕਿਹਾ ਤੇ ਖੜਿਆ ਬੈਟਬਾਲ ਨੂੰ ਤੇ ਘਰੋਂ ਖੜਿਆ ਕਿ ਚੈਨ ਟੁੱਟ ਗਈ ਮੋਟਰਸਾਈਕਲ ਦੀ, ਮੇਰਾ ਬ੍ਰਦਰ ਇਸ ਤਰ੍ਹਾਂ ਰਾਹ 'ਚ ਆ ਰਸਤੇ 'ਚ ਤੇ ਆਪਾਂ ਲੈ ਆਈਏ ਉਹਨੂੰ ਤੇ ਉਹ ਲੈਣ ਗਏ ਤੇ ਰਾਹ 'ਚ ਗਏ ਵੀ ਨਹੀਂ ਆ, ਉਹ ਜਿੱਧਰ ਉਹਦੀ ਚੈਨ ਟੁੱਟੀ ਉੱਧਰ ਤੇ ਗਏ ਹੀ ਨਹੀਂ, ਇਹਨਾਂ ਖੜਿਆ ਬੈਟਬਾਲ ਨੂੰ ਤੇ ਉੱਥੇ ਰਾਹ ਦੇ ਵਿੱਚ ਹੀ ਸਾਜਿਸ਼ ਨਾਲ ਉਹਨੂੰ ਕੱਖ ਵੀ ਨਹੀਂ ਹੋਇਆ, ਟੱਚ ਵੀ ਨਹੀਂ ਹੋਇਆ ਤੇ ਇਹਨੂੰ ਵੱਢਿਆ ਗਿਆ, ਕਿਰਪਾਨਾਂ ਦਾਤਰ ਕਿਰਚਾਂ ਵੱਜੀਆਂ ਤੇ ਥਾਨੋਂ ਮਾਰਤਾ। ਦੁਬਾਰੇ ਫਿਰ ਚੈੱਕ ਕਰਨ ਆਏ ਆ, ਸਾਡੇ ਨਾਲ ਇਨਸਾਫ਼ ਹੋਣਾ ਚਾਹੀਦਾ ਵਾ, ਬੰਦੇ ਫੜੇ ਜਾਣੇ ਚਾਹੀਦੇ ਆ। ਅਸੀਂ ਕਾਰਨ ਕੀ ਰਿਹਾ ਮਾਰਨ ਦਾ? ਮਾਰਨ ਦਾ ਕਾਰਨ ਸਾਨੂੰ ਕੋਈ ਰੰਜਿਸ਼ ਪੁਰਾਣੀ ਕੋਈ ਕੋਈ ਰੰਜਿਸ਼ ਨਹੀਂ ਆ, ਸਾਨੂੰ ਇਹਦੇ ਦੋਸਤ ਤੇ ਸ਼ੱਕ ਪੈਂਦਾ ਵਾ। ਮੁੰਡੇ ਦਾ ਯਾਰ ਦੋਸਤ ਕਿੱਥੋਂ ਦਾ ਰਾਣਾ ਲਾਈ? ਇਹ ਇੱਥੋਂ ਦਾ ਪਿੰਡ ਦਾ ਜੀ, ਇਹਦਾ ਦੋਸਤ ਖਾਸ ਇਹਦੇ ਨਾਲ ਰਹਿੰਦਾ ਜਦੋਂ ਦਾ ਡਬਈਓਂ ਆਇਆ ਵਾ, ਉਹ ਇਹਦੇ ਨਾਲ ਗੱਲ ਕਰਦਾ, ਹਰ ਕੋਈ ਗੱਲਬਾਤ ਇਹਦੇ ਨਾਲ ਸ਼ੇਅਰ ਕਰਦਾ ਸੀ। ਭਾਜੀ ਨੂੰ ਫੋਨ ਆਇਆ ਕਿ ਇੱਦਾਂ ਗੱਲ ਹੋ ਗਈ ਆ, ਮੰਮੀ ਨੂੰ ਕਹਿੰਦੇ ਕਿ ਮੈਂ ਆਉਣਾ ਵਾ ਉਹਨਾਂ ਦੇ ਭਰਾ ਨੂੰ ਲੈਣ ਜਾਣਾ ਵਾ, ਉੱਥੇ ਜਾ ਕੇ ਮੈਨੂੰ ਨਹੀਂ ਕੁਝ ਪਤਾ। ਤੁਹਾਨੂੰ ਕੀ ਜਾਣਕਾਰੀ ਮਿਲੀ? ਕਹਿੰਦੇ ਮੈਂ 5 ਮਿੰਟ ਵਿੱਚ ਆਇਆ ਜੇ ਦੂਜੇ ਪਾਸੇ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਪੂਰੇ ਮਾਮਲੇ ਤੇ ਵੱਖ ਵੱਖ ਪਹਿਲੂਆਂ ਤੇ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਫਿਲਹਾਲ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਬੀਤੀ ਰਾਤ ਅਪਰੋਕਸੀਮੇਟਲੀ 11:30 ਵਜੇ ਮੈਨੂੰ ਸੂਚਨਾ ਪ੍ਰਾਪਤ ਹੋਈ ਕਿ ਦੋ ਲੜਕੇ ਸੀਗੇ ਜੀ, ਜਿਨ੍ਹਾਂ ਵਿੱਚ ਅਜੇਪਾਲ ਸਿੰਘ ਪਿੰਡ ਵਣੀਏਕੇ ਅਤੇ ਇੱਕ ਉਹਦਾ ਦੋਸਤ ਸੀਗਾ ਜੁਗਰਾਜ ਸਿੰਘ ਪਿੰਡ ਵਣੀਏਕੇ, ਇਹ ਮੋਟਰਸਾਈਕਲ 'ਤੇ ਪਿੰਡ ਪੱਧਰੀ ਵੱਲੋਂ ਆਪਦੇ ਪਿੰਡ ਨੂੰ ਆ ਰਹੇ ਸੀਗੇ। ਜਦੋਂ ਪਿੰਡ ਪੱਧਰੀ ਨੂੰ ਉਹਨਾਂ ਨੇ ਕ੍ਰੋਸ ਕਰਿਆ ਬੈਟਬਾਲ ਪਿੰਡ ਤੋਂ ਪਿਛਲੇ ਪਾਸੇ, ਇਹਨਾਂ ਨੂੰ 4 ਅਣਪਛਾਤੇ ਵਿਅਕਤੀਆਂ ਨੇ ਘੇਰ ਲਿਆ ਅਤੇ ਘੇਰਨ ਉਪਰੰਤ ਇਹਦਾ ਜਿਹੜਾ ਅਜੇਪਾਲ ਸਿੰਘ ਸੀ ਇਹਨੂੰ ਗੰਭੀਰ ਸੱਟਾਂ ਲਾ ਦਿੱਤੀਆਂ, ਇਹਦਾ ਮੋਟਰਸਾਈਕਲ ਅਤੇ ਇੱਕ ਇਹਦਾ ਮੋਬਾਈਲ ਫੋਨ ਉਹ ਖੋਹ ਕੇ ਲੈ ਗਏ ਅਤੇ ਜੁਗਰਾਜ ਸਿੰਘ ਦੇ ਵੀ ਜਿਹੜੀਆਂ ਸੱਟਾਂ ਵੱਜੀਆਂ ਪਰ ਘੱਟ ਆ। ਇਹਦੇ ਵਾਰਸਾਂ ਨੇ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਅਜੇਪਾਲ ਸਿੰਘ ਨੂੰ ਲਿਜਾਇਆ ਜਿੱਥੇ ਉਹਦੀ ਡੈਥ ਹੋ ਗਈ ਅਤੇ ਜੁਗਰਾਜ ਸਿੰਘ ਨੂੰ ਦੇ ਵਾਰਸਾਂ ਨੇ ਹਰਤੇਜ ਹੋਸਪਿਟਲ ਅੰਮ੍ਰਿਤਸਰ ਦਾਖਲ ਕਰਵਾਇਆ। ਅਸੀਂ ਇਹਦਾ ਪਰਚਾ ਮੁਕੱਦਮਾ ਨੰਬਰ 28 ਡੇਟਡ 1920 ਅੰਡਰ ਸੈਕਸ਼ਨ 302 394 34 IPC ਥਾਣਾ ਲੋਪੋਕੇ ਰਜਿਸਟਰ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਇਸ ਤਫਤੀਸ਼ ਦੇ ਸੰਬੰਧ ਵਿੱਚ ਸਾਡੇ ਮਾਣਯੋਗ SP ਇਨਵੈਸਟੀਗੇਸ਼ਨ SP PBI
DSP DSP ਅਟਾਰੀ ਉਹ ਖੁਦ ਵੀ ਮੌਕਾ ਤੇ ਆਏ ਨੇ ਉਹ ਖੁਦ ਮੋਨੀਟਰ ਕਰ ਰਹੇ ਨੇ ਸਾਰੇ ਇਨਵੈਸਟੀਗੇਸ਼ਨ ਨੂੰ ਉਹਨੇ ਜਿਸ ਤਰ੍ਹਾਂ ਡਾਇਰੈਕਸ਼ਨਾਂ ਦਿੱਤੀਆਂ ਉਸ ਤਰ੍ਹਾਂ ਅਸੀਂ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਸਾਂਝ ਟੀਵੀ ਲਈ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ ਪੋਲੀਟੀਕਲ ਇਸ਼ੂ ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ